ਇਹ ਹੈਗਾ ਜੀ ਟਰੱਕ ਦਾ ਬੰਕ ਏਰੀਆ। ਕਦੇ ਨੀ ਬਿਲੋ ਚੜਦਾ, ਕਦੇ ਨੀ ਸਾਨੂੰ ਬਾਬੇ ਵੱਲੋਂ ਦਿੱਤੀ ਪੂਰੀ ਗੁੱਡ ਲਾਈਫ, ਚੱਲ ਲਾਈਫ ਸਾਡੀ ਪੂਰੀ ਠੱਗ ਲਾਈਫ, ਐਸੇ ਮੂਸੇ ਵੱਲੋਂ ਚੈਂਪ ਕੱਢ ਲਾਈਫ, ਚੱਲ ਲਾਈਫ ਸਾਡੀ ਪੂਰੀ ਠੱਗ ਲਾਈਫ, ਐਸੇ ਮੂਸੇ ਵੱਲੋਂ ਚੈਂਪ। ਹਾਂਜੀ ਗਾਇਸ, ਕੀ ਹਾਲ ਚਾਲ ਹੈ ਜੀ, ਵੈਲਕਮ ਬੈਕ ਟੂ ਜੱਟ ਲਾਈਫ ਟੀਵੀ। ਮੈਂ ਤੁਹਾਡਾ ਭਰਾ ਜਸਪ੍ਰੀਤ ਲੈ ਗਿਆ ਜੀ ਤੁਹਾਡੇ ਸਾਰਿਆਂ ਦੇ ਲਈ ਇੱਕ ਹੋਰ ਯੂਟਿਊਬ ਵੀਡੀਓ 'ਤੇ। ਬਾਈ ਉਮੀਦ ਕਰਦਾ ਤੁਸੀਂ ਸਾਰੇ ਜਣੇ ਜਿੱਥੇ ਵੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ। ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਸਾਰਿਆਂ ਦੇ ਲਈ ਰਿਵਿਊ ਵੋਲਵੋ ਦੇ ਟਰੱਕ ਦਾ, VNL 760 ਬ੍ਰੈਂਡ ਨਿਊ ਟਰੱਕ ਆ ਜੀ 2020। ਅੱਜ ਤੁਹਾਨੂੰ ਦਿੰਦੇ ਹਾਂ ਜੀ ਵਾਕ ਅਰਾਊਂਡ ਬਾਹਰੋਂ ਅਤੇ ਅੰਦਰੋਂ, ਅਤੇ ਕਰਦੇ ਹਾਂ ਕੁਝ ਗੱਲਾਂ ਬਾਤਾਂ ਟਰੱਕ ਦੇ ਸਪੈਕਸ ਬਾਰੇ, ਕਿਹੜੇ ਕਿਹੜੇ ਫੀਚਰਸ ਆ ਇਹ 'ਚ, ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਤੁਹਾਨੂੰ ਐਕਸਟਰਾ ਮਿਲਦੀਆਂ ਜੀ ਆਮ ਟਰੱਕਾਂ ਨਾਲੋਂ। ਅਤੇ ਵੀਡੀਓ ਕਰਦੇ ਸ਼ੁਰੂ। ਹੁਣ ਕੈਮਰਾ ਮੈਨੂੰ ਫੜਨਾ ਪੈਣਾ ਜੀ ਹੱਥ ਦੇ ਵਿੱਚ, ਆ ਜਾਓ ਫਿਰ। ਪਹਿਲਾਂ ਜੇ ਆਪਾਂ ਦੇਖੀਏ ਬਾਈ, ਆ ਮਿਰਰ ਲੱਗੇ ਹੋਏ ਆ, ਚਾਹੇ ਆ ਸਾਈਡ ਮਿਰਰ ਹੋਣ ਚਾਹੇ ਪ੍ਰੋਪਰ ਲੈਫਟ ਰਾਈਟ ਮਿਰਰਸ ਹੋਣ, ਦੋਨਾਂ 'ਤੇ ਤੁਹਾਨੂੰ ਕਰੋਮ ਫਿਨਿਸ਼ ਮਿਲਦੀ ਆ। ਅਤੇ ਜੇ ਹੁਣ ਆਪਾਂ ਫਰੰਟ 'ਤੇ ਆਈਏ ਬਾਈ, ਫਰੰਟ ਗ੍ਰਿਲ 'ਤੇ ਤੁਹਾਨੂੰ ਬਹੁਤ ਸੋਹਣੀ ਲੁੱਕ। ਅਤੇ ਜੇ ਆਪਾਂ ਹੁਣ ਹੈੱਡਲਾਈਟਸ ਵੱਲ ਨੂੰ ਦੇਖੀਏ ਤਾਂ ਹੈੱਡਲਾਈਟਸ ਤੁਹਾਨੂੰ ਮਿਲਦੀਆਂ ਜੀ LED ਹੈੱਡਲਾਈਟਸ ਪ੍ਰੋਪਰ। ਅਤੇ ਉਹਦੇ ਥੱਲੇ ਜੇ ਆਪਾਂ ਆਈਏ ਕਰੋਮ ਫਿਨਿਸ਼ ਦੇ ਨਾਲ, ਤੁਹਾਨੂੰ ਮਿਲਦੇ ਆ ਜੀ ਫੋਗ ਲੈਂਪਸ। ਇਹ ਫੋਗ ਲੈਂਪਸ ਬਾਈ ਬਹੁਤ ਜ਼ਿਆਦਾ ਕੰਮ ਆਉਂਦੇ ਆ, ਸਪੈਸ਼ਲੀ ਜਦੋਂ ਆਪਾਂ ਵਿੰਟਰ ਦੇ ਵਿੱਚ ਟਰੱਕ ਚਲਾਉਂਦੇ ਹਾਂ ਅਤੇ ਸਨੋਅ ਬਹੁਤ ਜ਼ਿਆਦਾ ਪੈ ਰਹੀ ਆ, ਰਾਤ ਦਾ ਟਾਈਮ ਆ, ਉਸ ਟਾਈਮ ਦੇ ਉੱਤੇ ਜਿਹੜੀ ਆ ਫੋਗ ਲੈਂਪਸ ਆ ਬਹੁਤ ਜ਼ਿਆਦਾ ਤੁਹਾਡੀ ਹੈਲਪ ਕਰਦੀਆਂ ਟਰੱਕਿੰਗ। ਜੇ ਆਪਾਂ ਲੈਫਟ ਸਾਈਡ ਤੋਂ ਟਰੱਕ ਦੀ ਲੁੱਕ ਦੇਖੀਏ ਤਾਂ ਬਾਈ ਤੁਸੀਂ ਆਪ ਹੀ ਦੇਖ ਲਓ, ਹੈ ਨਾ, ਵਾਈਟ ਕਲਰ ਆ। ਅਤੇ ਚਾਹੇ ਦਿਨ ਹੋਵੇ, ਰਾਤ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਵਾਈਟ ਕਲਰ ਸਭ ਤੋਂ ਬੈਸਟ ਹੁੰਦਾ, ਕਿਉਂਕਿ ਇਹ ਛੇਤੀ ਇੱਕ ਤਾਂ ਗੰਦਾ ਨਹੀਂ ਹੁੰਦਾ, ਦੂਜਾ ਜੇ ਮਾੜੇ ਮੋਟੇ ਤੁਹਾਡੇ ਟਰੱਕ 'ਤੇ ਕਦੀ, ਹੈ ਨਾ, ਛੋਟੇ ਮੋਟੇ ਵੀ ਸਕ੍ਰੈਚਸ ਵਗੈਰਾ ਜਾਂ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਉਹਨਾਂ ਨੂੰ ਈਜ਼ਲੀ ਫਿਕਸ ਕਰ ਸਕਦੇ ਹੋ। ਜੇ ਆਪਾਂ ਰਿਮਸ ਦੇਖੀਏ ਤਾਂ ਰਿਮਸ ਤੁਹਾਨੂੰ ਆਲ ਓਵਰ ਕਰੋਮ ਰਿਮਸ ਮਿਲਦੇ ਆ ਪ੍ਰੋਪਰ ਫਿਨਿਸ਼ ਕਰਕੇ। ਅਤੇ ਬਾਈ ਜੀ ਟਾਇਰ ਜਿਹੜੇ ਮਿਲਦੇ ਆ ਤੁਹਾਨੂੰ ਟਰੱਕ ਦੇ ਵਿੱਚ ਪ੍ਰੋਪਰ ਮਿਸ਼ਲਿਨ ਦੇ ਟਾਇਰ ਮਿਲਦੇ ਆ। ਹੁਣ ਜਿਹੜੇ ਭੈਣ ਭਰਾ ਬਾਈ ਕੈਨੇਡਾ US ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਪਤਾ ਆ ਮਿਸ਼ਲਿਨ ਵਨ ਆਫ ਦੀ ਬੈਸਟ ਕੰਪਨੀ ਹੈ ਜੇ ਆਪਾਂ ਗੱਲ ਕਰੀਏ ਓਵਰਆਲ ਟਾਇਰਸ ਦੀ, ਹੈ ਨਾ। ਇਟ ਡਜ਼ਨਟ ਮੈਟਰ ਚਾਹੇ ਉਹ ਟਰੱਕ ਦੇ ਹੋਣ ਚਾਹੇ ਉਹ ਕਾਰਸ ਦੇ ਹੋਣ, ਵਨ ਆਫ ਦੀ ਬੈਸਟ ਟਾਇਰ ਮੇਕਰ ਹੈਗੇ ਆ ਬਾਈ ਇਹ ਕੈਨੇਡਾ ਦੇ ਵਿੱਚ। ਹੁਣ ਜੇ ਆਪਾਂ ਸਾਈਡ ਸਕਰਟਸ ਦੇਖੀਏ ਬਾਈ ਟਰੱਕ ਦੀਆਂ, ਇਹ ਪ੍ਰੋਪਰ ਕਲਰ ਮੈਚ ਕੀਤਾ ਹੋਇਆ, ਜੇ ਵਾਈਟ ਕਲਰ ਉੱਪਰ ਆ ਪ੍ਰੋਪਰ ਤੁਹਾਨੂੰ ਵਾਈਟ ਕਲਰ ਮਿਲਦਾ ਇਸ ਮਾਡਲ ਦੇ ਵਿੱਚ। ਇਹ ਸਾਈਡ ਤੋਂ ਤੁਹਾਨੂੰ ਇੱਕ ਸਟੇਅਰ ਮਿਲਦੀ ਹੈ ਜਿਹਦੇ ਚੜ੍ਹ ਕੇ ਤੁਸੀਂ ਆਪਣਾ ਬੈਕ 'ਚ ਐਕਸੈਸ ਕਰ ਸਕਦੇ ਆ, ਪ੍ਰੋਪਰ ਕੈਟਵਾਕ ਹੈਗੀ ਆ। ਅਤੇ ਹੁਣ ਜੇ ਆਪਾਂ ਇੱਧਰ ਨੂੰ ਆਈਏ ਅਗੇਨ, ਕਰੋਮ ਵੀਲਸ, ਮਿਸ਼ਲਿਨ ਦੇ ਟਾਇਰ, ਉਹ ਬ੍ਰੈਂਡ ਨਿਊ ਟਾਇਰਸ ਆ, ਤੁਸੀਂ ਦੇਖ ਸਕਦੇ ਆ ਪ੍ਰੋਪਰ ਗ੍ਰਿਪ ਹੈਗੀ ਹੈ ਨਾ, ਅਤੇ ਆਲ ਵੈਦਰ ਟਾਇਰਸ ਤੁਹਾਨੂੰ ਮਿਲਦੇ ਆ। ਅਤੇ ਹੁਣ ਆਪਾਂ ਆਉਂਦੇ ਹਾਂ ਜੀ ਪਿੱਛੇ, ਪਿੱਛੋਂ ਦੀ ਬਾਈ ਅਗੇਨ ਜਿਹੜਾ ਤੁਹਾਨੂੰ ਸਸਪੈਂਸ਼ਨ ਆਉਂਦਾ ਆ ਟਰੱਕ ਦੇ ਵਿੱਚ, ਉਹ ਏਅਰ ਰਾਈਡ ਸਸਪੈਂਸ਼ਨ ਆ। ਇਟ ਮੀਨਸ ਕਿ ਬਾਈ ਵੋਲਵੋ ਦਾ ਟਰੱਕ ਆ, ਅਤੇ ਆਪਾਂ ਨੂੰ ਪਤਾ ਹੋਵੇ ਵੋਲਵੋ ਦੀਆਂ ਕਾਰਾਂ ਕਿੱਦਾਂ ਦੀਆਂ ਹੁੰਦੀਆਂ, ਸੇਮ ਜਿੱਦਾਂ ਆਪਾਂ ਕਾਰ ਦੇ ਵਿੱਚ ਬਹੁਤ ਕੰਫਰਟੇਬਲ ਰਾਈਡ ਹੁੰਦੀ ਆ, ਸੇਮ ਉੱਦਾਂ ਹੀ ਬਾਈ ਇਹ ਟਰੱਕ ਦੇ ਵਿੱਚ ਤੁਹਾਨੂੰ ਰਾਈਡ ਕੁਆਲਿਟੀ ਮਿਲਦੀ ਆ। ਕਿਉਂ? ਕਿਉਂਕਿ ਏਅਰ ਸਸਪੈਂਸ਼ਨ ਆ। ਟੇਲ ਲਾਈਟਸ ਦੀ, ਟੇਲ ਲਾਈਟਸ ਬਾਈ ਫੁੱਲੀ LED ਟੇਲ ਲਾਈਟਸ ਆਉਂਦੀਆਂ, ਅਤੇ ਜਿਹੜਾ ਆਪਣਾ ਫਰੇਮ ਆ ਪ੍ਰੋਪਰ ਬਲੈਕ ਕਲਰ ਦੇ ਵਿੱਚ ਪੇਂਟ ਕੀਤਾ ਹੋਇਆ। ਹੁਣ ਜਿਹੜੇ ਮੇਰੇ ਭਰਾਵਾਂ ਨੂੰ ਇਹ ਨਹੀਂ ਪਤਾ ਕਿ ਫਿਫਥ ਵੀਲ ਕੀ ਹੁੰਦਾ, ਆਪਾਂ ਤੁਹਾਨੂੰ ਕਲੋਜ਼ ਲੁੱਕ ਦਿਖਾ ਦਿੰਦੇ ਹਾਂ ਜੀ। ਇਹ ਫਿਫਥ ਵੀਲ ਦਾ ਕੰਮ ਹੁੰਦਾ ਜੀ ਟ੍ਰੇਲਰ ਦੇ ਨਾਲ ਟਰੱਕ ਨੂੰ ਜੋੜਨਾ। ਅਤੇ ਹੁਣ ਕਈ ਵਾਰੀ ਇੱਦਾਂ ਹੁੰਦਾ ਜਿਹੜਾ ਫਿਫਥ ਵੀਲ ਹੁੰਦਾ ਉਹ ਇੱਕੋ ਜਗ੍ਹਾ 'ਤੇ ਵੈਲਡ ਹੁੰਦਾ ਆ ਟਰੱਕ ਦੇ ਵਿੱਚ, ਪਰ ਇਹਦੇ 'ਚ ਇਹ ਸਲਾਈਡੇਬਲ ਆ। ਜੇ ਤੁਹਾਡਾ ਕਿਤੇ ਲੋਡ ਖਰਾਬ ਹੋ ਗਿਆ, ਕੋਈ ਪ੍ਰੋਬਲਮ ਹੈਗੀ ਲੋਡ ਦੇ ਵਿੱਚ, ਤਾਂ ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ, ਲੋਡ ਨੂੰ ਐਡਜਸਟ ਕਰ ਸਕਦੇ ਹਾਂ। ਅਤੇ ਹੁਣ ਜੇ ਆਪਾਂ ਆਉਂਦੇ ਹਾਂ ਜੀ ਟਰੱਕ ਦੀ ਬੈਕ ਸਾਈਡ, ਇੱਦਾਂ ਦੀ ਦਿਖਦੀ ਆ, ਅਤੇ ਇਹਨੂੰ ਆਪਾਂ ਸਾਫ਼ ਹੀ, ਜਦੋਂ ਤੁਸੀਂ ਟਰੱਕ ਡਰਾਈਵ ਕਰਦੇ ਡਜ਼ਨ ਮੈਟਰ ਆ ਤੁਸੀਂ ਕੰਪਨੀ ਡਰਾਈਵਰ ਆ ਜਾਂ ਤੁਹਾਡਾ ਆਪਣਾ ਟਰੱਕ ਆ, ਹਮੇਸ਼ਾ ਟਰੱਕ ਨੂੰ ਬਾਈ ਕਲੀਨ ਰੱਖੋ, ਕਿਉਂਕਿ ਕਲੀਨ ਇਕੁਇਪਮੈਂਟ ਬਾਈ ਬੈਸਟ ਚੀਜ਼ ਆ ਨਾ, ਉਹਦੇ 'ਚ ਤੁਹਾਨੂੰ ਪ੍ਰੋਬਲਮ ਨਹੀਂ ਜ਼ਿਆਦਾ ਆਉਂਦੀ ਰੋਡ ਦੇ ਉੱਤੇ, ਜਾਂ ਕੋਈ ਮਕੈਨੀਕਲ ਇਸ਼ੂਜ਼ ਨਹੀਂ ਆਉਂਦੇ। ਹੁਣ ਆਪਾਂ ਰਾਈਟ ਸਾਈਡ 'ਤੇ ਸੇਮ ਉਹੀ ਕਰੋਮ ਵੀਲਸ, ਮਿਸ਼ਲਿਨ ਦੇ ਟਾਇਰਸ, ਸਾਈਡਸ ਜਿਹੜੀਆਂ ਹੈਗੀਆਂ ਸੇਮ ਕਲਰ ਹੈਗੀਆਂ ਟਰੱਕ ਦੇ ਨਾਲ, ਅਤੇ ਹੁਣ ਦੋਨੇ ਪਾਸੇ ਤੁਹਾਨੂੰ ਸਟੇਅਰ ਮਿਲਦੀ ਆ ਬਾਈ। ਇਸੇ ਕਰਕੇ ਇਹ ਟਰੱਕ ਓਨਰ ਓਪਰੇਟਰਸ ਦੇ ਲਈ ਬਾਈ ਬਹੁਤ ਵਧੀਆ ਟਰੱਕ ਆ, ਕਿ ਹਾਂ ਜੇ ਤੁਸੀਂ ਫਲੈਟ ਬੈੱਡ ਵਗੈਰਾ ਇਹਦੇ 'ਤੇ ਹੋਰ ਟਰੈਕਿੰਗ ਕਰਦੇ ਆ, ਜੇ ਤੁਸੀਂ ਵਾਰ ਵਾਰ ਟ੍ਰੇਲਰ 'ਤੇ ਚੜ੍ਹਨਾ, ਟਾਪਸ ਪਾਉਣੀਆਂ, ਪਿੱਛੋਂ ਹੋਣਾ, ਕੋਈ ਪ੍ਰੋਬਲਮ ਹੁੰਦੀ ਹੈ, ਤੁਹਾਡੇ ਕੋਲ ਦੋਨੇ ਪਾਸੇ ਸਟੇਅਰਸ ਆ, ਤੁਸੀਂ ਈਜ਼ਲੀ ਆਪਣੇ ਟਰੱਕ ਨੂੰ ਟ੍ਰੇਲਰ ਨੂੰ ਐਕਸੈਸ ਕਰ ਸਕਦੇ ਆ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਫਦਰ ਰਾਈਟ ਸਾਈਡ, ਉੱਪਰ ਮਜ਼ਬੂਤ ਅਲਮੋਨੀਅਮ ਦੀਆਂ ਤੁਹਾਨੂੰ ਬਾਈ ਸਟੇਅਰਸ ਮਿਲਦੀਆਂ ਆ, ਤਾਂ ਕਿ ਤੁਹਾਡੀ ਸੇਫਟੀ ਰਹੇ। ਤੁਸੀਂ ਵਿੰਟਰ ਦੇ ਵਿੱਚ ਜਦੋਂ ਇੱਥੇ ਸਨੋਅ ਹੋਣੀ ਆ, ਰੋਡਸ 'ਤੇ ਸਨੋਅ ਹੋਣੀ ਆ, ਸਾਰੇ ਪਾਸੇ ਠੰਡ ਆ, ਜਾਂ ਇੱਥੇ ਆਈਸ ਜੰਮ ਜਾਣੀ ਆ, ਤਾਂ ਵੀ ਤੁਹਾਡੀ ਗ੍ਰਿਪ ਬਣੀ ਰਹੇਗੀ ਅਤੇ ਤੁਸੀਂ ਈਜ਼ਲੀ ਆਪਣੇ ਟਰੱਕ ਦੇ ਵਿੱਚ ਅੰਦਰ ਜਾ ਸਕਦੇ ਆ। ਅਤੇ ਹੁਣ ਆਹ ਸੀਗੀ ਜੀ ਬਾਹਰੋਂ ਦੀ ਲੁੱਕ ਟਰੱਕ ਦੀ। ਹੁਣ ਮੈਂ ਥੋੜ੍ਹੇ ਜਿਹੇ ਬੀਰੋਲ ਪਾਉਂਦਾ, ਬੀਰੋਲ ਚੈੱਕ ਕਰੋ ਟਰੱਕ ਦੇ, ਫਿਰ ਆਪਾਂ ਚੱਲਦੇ ਹਾਂ ਅੰਦਰ। We'll be right back.
ਹੀਟ ਰੱਖ ਜਾਓ ਤੁਸੀਂ ਆਪਣੀ ਕੰਪਨੀ ਦੇ ਲਈ ਸਾਡੇ ਕੋਲ ਲੀਜ਼ ਕਰਦੇ ਆ ਤੇ ਬਾਈ ਤੁਸੀਂ ਆਪ ਸੋਚੋ ਤੁਹਾਡੇ ਡਰਾਈਵਰਸ ਕਿੰਨੇ ਖੁਸ਼ ਹੋਣਗੇ ਰੋਡ ਦੇ ਉੱਤੇ ਕਿੰਨਾ ਸਮੂਥਲੀ ਤੇ ਵਿਦਆਊਟ ਐਨੀ ਬ੍ਰੇਕਡਾਊਨ ਬ੍ਰੇਕਡਾਊਨ ਦਾ ਮਤਲਬ ਬਾਈ ਜਿਨ੍ਹਾਂ ਨੂੰ ਨਹੀਂ ਪਤਾ ਟਰੱਕ ਤੁਹਾਡਾ ਰੋਡ ਤੇ ਖਰਾਬ ਨਹੀਂ ਹੋਣਾ ਡਰਾਈਵਰਸ ਖੁਸ਼ ਜਿਹੜੇ ਇਸ ਟਰੱਕ ਨੂੰ ਹਨਾ ਘਰ ਦੀ ਤਰ੍ਹਾਂ ਟਰੀਟ ਕਰਨਗੇ ਤੇ ਆਪਦੀ ਇੱਕ ਕਾਰ ਦੀ ਤਰ੍ਹਾਂ ਡਰਾਈਵ ਕਰਨਗੇ ਤੇ ਤੁਸੀਂ ਇਹ ਸੋਚੋ ਕਿੰਨਾ ਜ਼ਿਆਦਾ ਤੁਸੀਂ ਰਿਵੈਨਿਊ ਬਣਾ ਸਕਦੇ ਆਪਣੀ ਕੰਪਨੀਜ਼ ਦੇ ਲਈ ਹੁਣ ਇਹਦੇ ਲਈ ਅਫਕੋਰਸ ਤੁਹਾਨੂੰ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਨਾ ਪੈਣਾ ਤੂੰ ਆਪਣੇ ਸੀਨੀਅਰਸ ਨਾਲ ਕਨੈਕਟ ਕਰ ਸਕਦਾ ਜੇ ਤੁਸੀਂ ਇੰਟਰਸਟਿਡ ਹੈਗੇ ਆ ਸਾਡੇ ਕੋਲੋਂ ਟਰੱਕ ਬਾਏ ਕਰਨ ਲਈ ਚਾਹੇ ਉਹ ਕਿਸੇ ਵੀ ਤਰੀਕੇ ਦਾ ਯੂਜ ਟਰੱਕ ਹੋਵੇ ਪ੍ਰਾਈਡ ਟਰੱਕ ਸੇਲਸ ਤੇ ਟੀ ਪਾਈਨ ਲੀਜ਼ਿੰਗ ਤੁਹਾਨੂੰ ਪਤਾ ਕਿ ਤੁਸੀਂ ਕਿੰਨਾ ਦਾ ਨੰਬਰ ਸਰਚ ਕਰਨਾ ਆ ਠੀਕ ਹੈ ਜੀ ਜ਼ਿਆਦਾ ਪ੍ਰਮੋਸ਼ਨ ਨਾ ਕਰਦੇ ਹੋਏ ਤੁਹਾਨੂੰ ਥੋੜ੍ਹਾ ਜਿਹਾ ਹੋਰ ਦੱਸੀਏ ਟਰੱਕ ਦੇ ਬਾਰੇ ਹੁਣ ਇਹ ਹੁੰਦਾ ਸੀ ਵੀ ਰੇਡੀਓ ਦਾ ਮਤਲਬ ਹੁੰਦਾ ਹੈ ਤੁਸੀਂ ਟਰੱਕ ਚਲਾ ਰਹੇ ਹੁੰਦੇ ਆ ਹਾਈਵੇ ਦੇ ਉੱਤੇ ਅਤੇ ਇਹ ਰੇਡੀਓ ਦੇ ਵਿੱਚ ਤੁਸੀਂ ਹੈ ਨਾ ਅਗਲੇ 5 ਮਾਈਲ ਅਤੇ ਪਿਛਲੇ 5 ਮਾਈਲ ਤੱਕ ਬਾਈ ਤੁਸੀਂ ਕਮਿਊਨੀਕੇਟ ਕਰ ਸਕਦੇ ਆ ਹੇ ਵੈਦਰ ਖਰਾਬ ਆ ਜਾਂ ਅੱਗੇ ਕੋਈ ਪ੍ਰੋਬਲਮ ਹੋ ਗਈ ਐਕਸੀਡੈਂਟ ਹੋ ਗਿਆ ਤੁਹਾਨੂੰ ਪਤਾ ਆ ਤੁਸੀਂ ਆਪਣੇ ਨਾਲ ਦੇ ਜਿਹੜੇ ਅੱਗੇ ਪਿੱਛੇ ਡਰਾਈਵਰ ਆ ਰਹੇ ਆ ਉਹਨਾਂ ਨੂੰ ਦੱਸ ਸਕਦੇ ਆ ਕਿ ਵੀ ਅੱਗੇ ਐਕਸੀਡੈਂਟ ਹੋ ਚੁੱਕਿਆ ਇੱਦਾਂ ਹੀ ਜਿਹੜੇ ਹੋਰ ਡਰਾਈਵਰਸ ਆ ਮੈਟਰ ਨਹੀਂ ਕਰਦਾ ਗੋਰੇ ਆ ਉਹ ਪੰਜਾਬੀ ਆ ਉਹ ਕੌਣ ਆ ਹਰ ਬੰਦਾ ਇਹ 'ਤੇ ਕਮਿਊਨੀਕੇਟ ਕਰ ਸਕਦਾ ਕਿ ਯਾਰ ਇੱਥੇ ਐਕਸੀਡੈਂਟ ਹੋ ਚੁੱਕਿਆ ਇੱਥੇ ਵੈਦਰ ਖਰਾਬ ਹੋ ਰਿਹਾ ਜਾਂ ਰੋਡ ਬੰਦ ਆ ਇਸ ਕਰਕੇ ਬਾਈ ਆ ਸੀ ਵੀ ਰੇਡੀਓ ਹੁੰਦਾ ਜੋ ਕਿ ਇਸ ਟਰੱਕ ਦੇ ਵਿੱਚ ਤੁਹਾਨੂੰ ਇਨਬਿਲਟ ਮਿਲਦਾ ਆ ਅਤੇ ਹੁਣ ਜੇ ਆਪਾਂ ਇੱਧਰ ਡੈਸ਼ ਦੇ ਵੱਲ ਨੂੰ ਆਈਏ ਤੇ ਡੈਸ਼ਬੋਰਡ ਦੇ ਉੱਤੇ ਤੁਹਾਨੂੰ ਬਹੁਤ ਵਧੀਆ ਸਟੀਰੀਓ ਮਿਲਦਾ ਹੈਗਾ ਬਾਈ ਜਿਹ 'ਚ ਬਲੂਟੂਥ ਕਨੈਕਟੀਵਿਟੀ ਤੁਹਾਡਾ ਆਈਫੋਨ ਆਈਪੋਡ ਹੋਰ ਵੀ ਕਿਸੇ ਤਰੀਕੇ ਦਾ ਤੁਹਾਡੇ ਕੋਲ ਫੋਨ ਆ ਉਹ ਤੁਸੀਂ ਕਨੈਕਟ ਕਰ ਸਕਦੇ ਆ ਏਸੀ ਅਫਕੋਰਸ ਤੁਹਾਨੂੰ ਏਸੀ ਹੀਟ ਸਾਰਾ ਕੁਛ ਮਿਲਦਾ ਅਤੇ ਹੁਣ ਜੇ ਆਪਾਂ ਬਾਈ ਸਟੀਅਰਿੰਗ ਕਾਲਮ ਵੱਲ ਆਈਏ ਤੇ ਬਾਈ ਸਟੀਅਰਿੰਗ ਦੇ ਵਿੱਚ ਤੁਹਾਨੂੰ ਹਰ ਇੱਕ ਤਰੀਕੇ ਦਾ ਫੀਚਰ ਮਿਲਦਾ ਜੀ ਇੱਥੇ ਕਾਲ ਪਿੱਕ ਜਾਂ ਕਾਲ ਡਿਸਕਨੈਕਟ ਦਾ ਫੀਚਰ ਹੋਵੇ ਕਰੂਜ਼ ਦਾ ਫੀਚਰ ਹੋਵੇ ਜਾਂ ਹੋਰ ਵੀ ਜਿਹੜੇ ਫੀਚਰ ਹੁੰਦੇ ਆ ਬਾਈ ਟਰੱਕ ਦੀ ਜਿਹੜੀ ਤੁਸੀਂ ਸੈਟਿੰਗ ਵਗੈਰਾ ਚੇਂਜ ਕਰ ਸਕਦੇ ਆ ਡੈਸ਼ ਤੋਂ ਬਾਈ ਇੱਦਾਂ ਲੇਆਊਟ ਆ ਜੇ ਤੁਸੀਂ ਦੇਖਣਾ ਚਾਹੁੰਦੇ ਆ ਤਾਂ ਤੇ ਜਿਹੜੀ ਤੁਹਾਨੂੰ ਸਟੋਰੇਜ ਮਿਲਦੀ ਆ ਬਾਈ ਆਲ ਓਵਰ ਤੁਸੀਂ ਇੱਥੇ ਵਾਲਟ ਰੱਖੋ ਫੋਨ ਰੱਖੋ ਕੱਪ ਹੋਲਡਰਸ ਤੁਹਾਨੂੰ 2 ਮਿਲ ਜਾਂਦੇ ਆ ਉਹ ਵੀ ਐਡਜਸਟੇਬਲ ਐਂ ਕਰਕੇ ਤੁਸੀਂ ਇੱਥੇ ਐਡਜਸਟ ਕਰ ਸਕਦੇ ਆ ਜੇ ਤੁਸੀਂ ਚਾਹੁੰਦੇ ਆ ਕਿ ਨਹੀਂ ਯਾਰ ਇੱਥੇ ਮਜ਼ਾ ਨਹੀਂ ਆ ਰਿਹਾ ਤਾਂ ਤੁਸੀਂ ਇੱਥੇ ਐਡਜਸਟ ਕਰ ਸਕਦੇ ਆ ਮਤਲਬ ਆਪਣੇ ਹਿਸਾਬ ਨਾਲ ਤੁਸੀਂ ਆਪਣੇ ਕੱਪ ਹੋਲਡਰਸ ਇੱਥੇ ਲਾ ਸਕਦੇ ਆ ਆਹ ਹੁੰਦਾ ਜੀ ਆਟੋਮੈਟਿਕ ਟਰਾਂਸਮਿਸ਼ਨ ਜੋ ਤੁਹਾਨੂੰ ਟਰੱਕ ਦੇ ਵਿੱਚ ਮਿਲਦਾ ਆ ਨਾਲ ਤੁਹਾਨੂੰ ਮੈਨੂਅਲ ਦਾ ਆਪਸ਼ਨ ਵੀ ਮਿਲਦਾ ਜਿਹਦੇ ਨਾਲ ਤੁਸੀਂ ਇੱਥੋਂ ਗੇਅਰ ਚੇਂਜ ਕਰ ਸਕਦੇ ਆ ਚਾਹੇ ਗੇਅਰ ਵਧਾਉਣਾ ਹੋਵੇ ਤੇ ਚਾਹੇ ਜੇ ਗੇਅਰ ਘਟਾਉਣਾ ਹੋਵੇ ਹੈ ਨਾ ਜੇ ਆਪਾਂ ਗੱਲ ਕਰੀ ਜਦੋਂ ਆਪਾਂ ਹਾਈਵੇ ਤੇ ਹੁੰਦੇ ਆ ਨਾ ਆਪਾਂ ਨੂੰ ਸਪੈਸ਼ਲੀ ਜਦੋਂ ਤੁਸੀਂ ਟਰੱਕ ਡਰਾਈਵ ਕਰਦੇ ਆ ਤੁਹਾਡੇ ਕੋਲ ਬਹੁਤ ਸਾਰੀ ਇਲੈਕਟ੍ਰੋਨਿਕਸ ਹੁੰਦੀ ਹੈ ਚਾਹੇ ਤੁਹਾਡਾ ਫੋਨ ਹੋਵੇ ਚਾਹੇ ਤੁਹਾਡਾ GPS ਹੋਵੇ ਜਾਂ ਹੋਰ ਵੀ ਇੱਕ ਤਾਂ ਕਈ ਬੰਦਿਆਂ ਕੋਲ ਪ੍ਰੋਪਰ ਲੌਗ ਬੁੱਕ ਟੈਬਲੇਟ ਵਾਲੀ ਹੁੰਦੀ ਹੈ ਨਾ ਅਤੇ ਹੁਣ ਤੁਹਾਨੂੰ ਬਹੁਤ ਜ਼ਿਆਦਾ ਇੱਥੇ 2 ਤੁਹਾਨੂੰ USB ਪੋਰਟ ਮਿਲਦੇ ਆ ਇੱਕ ਤੁਹਾਨੂੰ ਪ੍ਰੋਪਰ ਪੋਰਟ ਮਿਲਦਾ ਆ ਜਿਹ 'ਚ ਤੁਸੀਂ ਆਪਣਾ ਚਾਰਜਰ ਵਗੈਰਾ ਲਾ ਸਕਦੇ ਆ ਜਾਂ GPS ਵਗੈਰਾ ਪਲੱਗ ਕਰ ਸਕਦੇ ਆ ਇਹ ਸਾਰੇ ਫੀਚਰ ਆਉਂਦੇ ਆ ਜੀ ਫਰੰਟ ਦੇ ਉੱਤੇ ਹੁਣ ਮੈਨੂੰ ਪਤਾ ਤੁਸੀਂ ਵੇਟ ਕਰ ਰਹੇ ਸੀਗੇ ਹੁਣ ਆਪਾਂ ਚੱਲਦੇ ਹਾਂ ਪਿੱਛੇ ਤੇ ਤੁਹਾਨੂੰ ਬੰਕ ਏਰੀਆ ਵਿਖਾਉਂਦੇ ਆ ਕਿੱਦਾਂ ਦਾ ਇਸ ਟਰੱਕ ਦਾ ਇਹ ਹੈਗਾ ਜੀ ਟਰੱਕ ਦਾ ਬੰਕ ਏਰੀਆ ਤੇ ਜਦੋਂ ਵੀ ਬਾਈ ਤੁਸੀਂ ਬੰਕ ਏਰੀਏ 'ਚ ਜਾਓ ਤੁਹਾਡੇ ਭਰਾ ਦੀ ਤਾਂ ਇਹੀ ਐਡਵਾਈਸ ਆ ਆਪਣੇ ਸ਼ੂ ਲਾ ਕੇ ਇਸ ਏਰੀਏ 'ਚ ਜਾਓ ਇਸ ਏਰੀਏ ਨੂੰ ਐਜ਼ ਆ ਘਰ ਟਰੀਟ ਕਰੋ ਕਿਉਂਕਿ ਯਾਰ ਜਦੋਂ ਆਪਾਂ ਰੋਡ 'ਤੇ ਹੁੰਦੇ ਹਾਂ ਨਾ ਤੇ ਇਹ ਆ ਆਪਣਾ ਆਫਿਸ ਏਰੀਆ ਜਿਹਨੂੰ ਆਪਾਂ ਐਂ ਇੱਕ ਕਰਟੇਨ ਨਾਲ ਕਲੋਜ਼ ਕਰ ਸਕਦੇ ਹਾਂ ਆ ਜੀ ਫਿਰ ਤੁਹਾਡਾ ਇੱਕ ਘਰ ਦੀ ਤਰ੍ਹਾਂ ਬਾਈ ਤੁਹਾਡਾ ਏਰੀਆ ਬਣ ਜਾਂਦਾ ਜਿੱਥੇ ਸ਼ੂਜ਼ ਨਾਟ ਅਲਾਊਡ ਅਤੇ ਹੁਣ ਆਪਾਂ ਇੱਕ ਵਾਰੀ ਇਹਨਾਂ ਨੂੰ ਖੋਲ੍ਹ ਦਈਏ ਜੇ ਆਪਾਂ ਇਸ ਏਰੀਏ ਦੀ ਗੱਲ ਕਰੀਏ ਜੀ ਇਸ ਏਰੀਏ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਅੱਗੇ ਸਟੋਰੇਜ ਮਿਲ ਸਕਦੀ ਹੈ ਚਾਹੇ ਤੁਸੀਂ ਆਪਣੇ ਗਲਵਸ ਰੱਖਣੇ ਹੋਣ ਆਪਣੀ ਬੁਕਸ ਰੱਖਣੀਆਂ ਹੋਣ ਕੁਛ ਮਾੜਾ ਮੋਟਾ ਜਿਵੇਂ ਇੱਥੇ ਤੁਸੀਂ ਕਲੋਥਸ ਵਗੈਰਾ ਵੀ ਰੱਖ ਸਕਦੇ ਆ ਖਾਣ ਨੂੰ ਆਈਟਮਸ ਵੀ ਰੱਖ ਸਕਦੇ ਆ ਜੋ ਕਿ ਤੁਹਾਨੂੰ ਇੱਥੇ ਪ੍ਰੋਪਰ ਸਟ੍ਰੈਚਿੰਗ ਮਿਲਦੀ ਆ ਇਹ ਨਾ ਤੁਸੀਂ ਸੋਚਿਓ ਕਿ ਤੁਹਾਡਾ ਸਮਾਨ ਡਿੱਗ ਜੂਗਾ ਹੈ ਨਾ ਇਹਨੂੰ ਤੁਸੀਂ ਪ੍ਰੋਪਰਲੀ ਤੁਸੀਂ ਹੋਲਡ ਕਰ ਸਕਦੇ ਆ ਹਰ ਚੀਜ਼ ਨੂੰ ਇੱਥੇ ਕੰਪਾਰਟਮੈਂਟ ਮਿਲ ਜਾਂਦੇ ਆ ਤੁਹਾਨੂੰ ਤੁਸੀਂ ਆਪਣੇ ਸਨੈਕਸ ਰੱਖ ਸਕਦੇ ਆ ਵਾਈਲ ਯੂ ਆਰ ਡਰਾਈਵਿੰਗ ਤੁਸੀਂ ਆਪਣਾ ਸਨੈਕਸ ਵਗੈਰਾ ਲੈ ਸਕਦੇ ਆ ਅਤੇ ਹੁਣ ਜੇ ਆਪਾਂ ਇੱਧਰਲੀ ਸਟੋਰੇਜ ਦੀ ਗੱਲ ਕਰੀਏ ਬਾਈ ਇੱਥੇ ਤੁਹਾਨੂੰ ਇੱਕ ਸਟੋਰੇਜ ਮਿਲ ਜਾਂਦੀ ਜਿੱਥੇ ਮੋਸਟ ਲਾਈਕਲੀ ਤੁਸੀਂ ਆਪਣਾ ਮਾਈਕ੍ਰੋਵੇਵ ਫਿੱਟ ਕਰਦੇ ਆ ਜਿੱਥੇ ਤੁਹਾਨੂੰ ਸਵਿੱਚ ਦਿੱਤੇ ਹੋਏ ਆ ਮਾਈਕ੍ਰੋਵੇਵ ਦੇ ਲਈ ਅਤੇ ਹੁਣ ਜੇ ਆਪਾਂ ਗੱਲ ਕਰੀਏ ਅਪਰ ਬੈੱਡ ਹੁੰਦਾ ਜੀ ਅਤੇ ਆਹ ਲੋਅਰ ਬੈੱਡ ਹੁੰਦਾ ਆ ਹੁਣ ਆਹ ਬੈੱਡ ਜਿਹੜਾ ਹੈਗਾ ਤੁਸੀਂ ਦੇਖ ਲਓ ਇਹਨਾਂ ਨੇ ਕਿੰਨੇ ਪ੍ਰੋਪਰਲੀ ਬਣਾਇਆ ਤੁਸੀਂ ਇੱਕ ਹੱਥ ਦੇ ਨਾਲ ਜੇ ਤੁਸੀਂ ਚਾਹੁੰਦੇ ਆ ਇਹਨੂੰ ਤੁਸੀਂ ਇਕੱਲੇ ਡਰਾਈਵਰ ਆ ਹੈ ਨਾ ਤੁਹਾਡੇ ਨਾਲ ਕੋਈ ਹੋਰ ਨਹੀਂ ਹੈਗਾ ਤੁਸੀਂ ਇੱਕ ਹੱਥ ਦੇ ਨਾਲ ਇਸ ਨੂੰ ਚੱਕ ਕੇ ਲੌਕ ਕਰ ਸਕਦੇ ਆ ਹੁਣ ਜਿੱਦਾਂ ਇਹ ਲੋਕ ਹੋ ਗਿਆ ਤੁਹਾਨੂੰ ਪ੍ਰੋਪਰ ਇੱਕ ਹੈੱਡਰੂਮ ਵਧੀਆ ਮਿਲ ਜੂਗਾ ਇਸ ਏਰੀਏ ਦੇ ਵਿੱਚ ਜਿੱਥੇ ਤੁਸੀਂ ਹੈ ਨਾ ਪ੍ਰੋਪਰ ਐਂ ਘੁੰਮ ਸਕਦੇ ਆ ਅਤੇ ਆਪਣੇ ਮਾਈਕ੍ਰੋਵੇਵ ਨੂੰ ਐਕਸੈਸ ਕਰ ਸਕਦੇ ਆ ਇੱਥੇ ਪਿਆ ਸਮਾਨ ਐਕਸੈਸ ਕਰ ਸਕਦੇ ਆ ਜਾਂ ਇੱਧਰ ਤੁਹਾਨੂੰ ਇੱਕ ਕੰਪਾਰਟਮੈਂਟ ਮਿਲ ਜਾਂਦਾ ਜੀ ਜਿਹਦੇ 'ਚ ਤੁਸੀਂ ਆਪਣੇ ਕਲੋਥਸ ਰੱਖ ਸਕਦੇ ਆ
ਜਾਂ ਆਪਣਾ ਫੂਡ ਰੱਖ ਸਕਦੇ ਹਾਂ, ਜਿੱਦਾਂ ਆਪਣਾ ਰਾਸ਼ਨ ਹੁੰਦਾ ਹੈ ਨਾ ਫਰਿੱਜ ਵਾਲਾ, ਨੋਰਮਲ ਆਪਣਾ ਫੂਡ ਰੱਖ ਸਕਦੇ ਹਾਂ। ਕਾਫੀ ਵਾਈਡ ਸਪੇਸ ਹੈਗੀ ਆ, ਤੁਹਾਨੂੰ ਇੱਥੇ ਮਿਲ ਜਾਂਦੀ ਆ। ਆਪਣਾ ਰੈਗੂਲਰ ਸਟੱਫ ਕੁਛ ਵੀ ਤੁਸੀਂ ਇੱਥੇ ਸਲਾਈਡ ਇਨ ਕਰ ਸਕਦੇ ਹਾਂ ਨਾ, ਚਾਹੇ ਫੂਡ ਹੋਵੇ ਕੁਛ ਵੀ ਹੋ ਸਕਦਾ ਆ। ਅਤੇ ਹੁਣ ਜੇ ਆਪਾਂ ਗੱਲ ਕਰੀਏ, ਇੱਥੇ ਤੁਹਾਨੂੰ ਫਾਈਲਸ ਵਗੈਰਾ ਦੇ ਲਈ ਥਾਂ ਮਿਲਦੀ ਆ, ਬੁੱਕਸ ਵਗੈਰਾ ਦੇ ਲਈ ਥਾਂ ਮਿਲਦੀ, ਜਿੱਥੇ ਤੁਸੀਂ ਆਪਣੀ ਬੁੱਕਸ ਵਗੈਰਾ ਨੂੰ ਸੇਵ ਕਰਕੇ ਰੱਖ ਸਕਦੇ ਹਾਂ, ਹੈ ਨਾ। ਅਤੇ ਇਹ ਹੁੰਦੀ ਹੈ ਜੀ ਇੱਕ ਛੋਟੀ ਜਿਹੀ ਅਲਮੀਰਾ ਟਾਈਪ, ਜਿੱਥੇ ਤੁਸੀਂ ਆਪਣੇ ਕੱਪੜਿਆਂ ਨੂੰ ਹੈਂਗ ਕਰ ਸਕਦੇ ਹਾਂ, ਛੋਟਾ ਮੋਟਾ ਸਮਾਨ ਦੇ ਲਈ ਇੱਥੇ ਕੰਪਾਰਟਮੈਂਟਸ ਮਿਲੇ ਹੋਏ ਆ, ਜਿਹਦੇ ਤੁਸੀਂ ਆਪਣਾ ਛੋਟਾ ਮੋਟਾ ਸਮਾਨ ਰੱਖ ਸਕਦੇ ਹਾਂ। ਅਤੇ ਇੱਥੇ ਵੀ ਤੁਸੀਂ ਕਾਫੀ ਕੁਛ ਆਪਣਾ ਰੱਖ ਸਕਦੇ ਹੈ ਨਾ। ਅਤੇ ਹੁਣ ਆਪਾਂ ਰਾਈਟ ਸਾਈਡ 'ਤੇ ਆਉਂਦੇ ਹਾਂ, ਇੱਥੇ ਤੁਹਾਨੂੰ ਕੱਪ ਹੋਲਡਰਸ ਮਿਲਦੇ ਆ ਕਿ ਜਦੋਂ ਤੁਸੀਂ, ਜੇ ਤੁਸੀਂ ਦੋ ਜਣੇ ਟਰੱਕ ਚਲਾ ਰਹੇ ਹੋ, ਇੱਕ ਜਣਾ ਟਰੱਕ ਚਲਾ ਰਿਹਾ ਆ ਅਤੇ ਤੁਸੀਂ ਬੰਕ 'ਚ ਹੈਗੇ ਹੋ, ਤੁਹਾਡੇ ਕੋਲ ਡਰਿੰਕਸ ਆ, ਕੋਈ ਵੀ ਚੀਜ਼ ਤੁਹਾਡੀ ਡੁੱਲੂਗੀ ਨਹੀਂ, ਤੁਸੀਂ ਆਪਣੇ ਕੱਪ ਹੋਲਡਰਸ ਨੂੰ ਇੱਥੇ ਰੱਖ ਸਕਦੇ ਹਾਂ। ਇਹਦੇ ਤੁਹਾਨੂੰ ਚਾਰਜਰ ਮਿਲਦੇ ਆ ਬਾਈ, ਜਿੱਦਾਂ ਅੱਗੇ ਤੁਹਾਡੇ ਕੋਲ ਚਾਰਜਰ ਲੱਗੇ ਸੀ, ਇੱਥੇ ਤੁਹਾਨੂੰ ਚਾਰਜਰ ਮਿਲ ਜਾਂਦੇ ਆ। ਇੱਥੇ ਇੱਕ ਤੁਹਾਨੂੰ ਬਹੁਤ ਵਧੀਆ ਚੀਜ਼ ਮਿਲਦੀ ਹੈ ਜੀ, ਜਿੱਦਾਂ ਤੁਸੀਂ ਐਂ ਬੈਠ ਕੇ ਇਹਨੂੰ ਸਲਾਈਡ ਕਰਕੇ ਇੱਥੇ ਬਾਈ ਤੁਸੀਂ ਚਾਹੇ ਆਪਣਾ ਲੈਪਟਾਪ ਰੱਖ ਲਓ, ਚਾਹੇ ਤੁਸੀਂ ਇੱਥੇ ਆਪਣਾ ਪੇਪਰ ਵਰਕ ਕਰ ਸਕਦੇ ਹਾਂ, ਤੁਹਾਡਾ ਜਿੰਨੇ ਵੀ ਪੇਪਰ ਵਰਕ ਵਗੈਰਾ ਜਾਂ ਪੈਨਸ ਵਗੈਰਾ ਕੋਈ ਵੀ ਚੀਜ਼ ਆ, ਤੁਸੀਂ ਇੱਥੇ ਸਟੋਰ ਵੀ ਕਰ ਸਕਦੇ ਹਾਂ। ਹੁਣ ਜੇ ਆਪਾਂ ਇਹਨੂੰ ਕਰ ਦਈਏ ਜੀ ਲੋਕ, ਅਤੇ ਆਪਾਂ ਥੱਲੇ ਜਾਈਏ, ਇੱਥੇ ਆ ਜਾਂਦਾ ਜੀ ਤੁਹਾਡਾ ਫਰਿੱਜ, ਜਿਹ 'ਚ ਤੁਸੀਂ ਆਪਣੀ ਡਰਿੰਕਸ ਫੂਡ ਸਟੋਰ ਕਰ ਸਕਦੇ ਹਾਂ। ਅਤੇ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਤਾਂ ਨਹੀਂ ਮੈਂ ਕਹੂੰਗਾ, ਕਾਫੀ ਵੱਡਾ ਫਰੀਜ਼ਰ ਮਿਲ ਜਾਂਦਾ ਜੀ, ਤੁਸੀਂ ਆਪਣੇ ਫਰੋਜ਼ਨ ਫੂਡ ਰੱਖ ਸਕਦੇ ਹਾਂ, ਚਾਹੇ ਉਹ ਤੁਹਾਡੇ ਬਾਈ ਹੈਸ਼ ਬਰਾਊਨਸ ਹੋਣ, ਚਾਹੇ ਕੋਈ ਵੀ ਫਰੋਜ਼ਨ ਫਰੂਟਸ ਹੋਣ, ਵੈਜੀਸ ਹੋਣ, ਤੁਸੀਂ ਇਹ 'ਚ ਸੇਵ ਕਰਕੇ ਰੱਖ ਸਕਦੇ ਹਾਂ। ਅਤੇ ਹੁਣ ਗੱਲ ਆ ਜਾਂਦੀ ਹੈ ਜੀ ਤੁਹਾਡੇ ਬੰਕ ਬੈੱਡ ਦੀ। ਅਤੇ ਜੇ ਬਾਈ ਮੈਂ ਪਰਸਨਲੀ ਐਜ਼ ਅ ਟਰੱਕਰ ਤੁਹਾਨੂੰ ਇੱਕ ਰਿਵਿਊ ਦੇਵਾਂ ਇਸ ਬੈੱਡ ਦਾ, ਬਾਈ ਬਹੁਤ ਜ਼ਿਆਦਾ ਕੰਫਰਟੇਬਲ ਬੈੱਡ ਹੈਗਾ ਆ, ਜਿਹਦੇ 'ਤੇ ਤੁਹਾਡੀ ਰਾਤ ਦੀ ਜਿਹੜੀ ਸਲੀਪ ਆ ਬਹੁਤ ਹੀ ਜ਼ਿਆਦਾ ਵਧੀਆ ਹੋਣ ਵਾਲੀ ਆ। ਇੱਕ ਹੋਰ ਮੈਂ ਤੁਹਾਨੂੰ ਫੀਚਰ ਦੱਸਦਾ ਇਹਦੇ ਵਿੱਚ, ਕਿਉਂਕਿ ਇਹ ਜਿਹੜੇ ਮੈਟਰਸ ਹੁੰਦੇ ਆ ਜੀ, ਇਹ ਪ੍ਰੋਪਰ ਵੋਲਵੋ ਤੋਂ ਹੀ ਪ੍ਰੋਪਰ ਫਿਟਿੰਗ ਦੇ ਮੈਟਰਸ ਆਉਂਦੇ ਆ। ਪਰ ਇਸ ਟਰੱਕ ਦੀ ਇੱਕ ਖਾਸੀਅਤ ਆ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਆ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਤਾਂ ਆਪਾਂ ਇੱਥੇ, ਜਾਂ ਤਾਂ ਆਪਾਂ ਕੋਈ ਇੱਥੇ ਟੀ ਵੀ ਵਗੈਰਾ ਫਿੱਟ ਕਰ ਲੈਂਦੇ ਹਾਂ ਟਰੱਕ ਦੇ ਵਿੱਚ, ਹੈ ਨਾ, ਅਤੇ ਜਾਂ ਆਪਾਂ ਕੋਈ ਬੁੱਕਸ ਜਾਂ ਆਪਣੀ ਫੈਮਿਲੀ ਦੇ ਨਾਲ ਗੱਲ ਕਰਦੇ ਹਾਂ, ਹੈ ਨਾ, ਜੋ ਕਿ ਪੂਰਾ ਲੇਟ ਕੇ ਬਹੁਤ ਹਾਰਡ ਹੁੰਦਾ ਆ। ਪਰ ਇਹਦੇ ਵਿੱਚ ਤੁਹਾਨੂੰ ਇਹੀ ਚੀਜ਼, ਤੁਸੀਂ ਬਸ ਇਹਨੂੰ ਖਿੱਚਣਾ ਅਤੇ ਤੁਹਾਡਾ ਜਿਹੜਾ ਬੈੱਡ ਹੈਗਾ ਆ, ਤੁਹਾਡਾ ਬੈੱਡ ਪ੍ਰੋਪਰ ਇੱਕ ਢੋ ਬਣ ਜੂਗਾ, ਜਿਹਦੇ ਉੱਤੇ ਬਾਈ ਤੁਸੀਂ ਐਂ ਪੈ ਕੇ ਆਰਾਮ ਨਾਲ, ਚਾਹੇ ਤੁਸੀਂ ਉੱਥੇ ਆਪਣਾ ਟੀ ਵੀ ਫਿੱਟ ਕਰਾ ਕੇ ਟੀ ਵੀ ਦੇਖ ਸਕਦੇ ਹਾਂ, ਜਾਂ ਆਪਣੀ ਫੈਮਿਲੀ ਮੈਂਬਰਸ ਦੇ ਨਾਲ ਗੱਲ ਕਰ ਸਕਦੇ ਹਾਂ ਇੱਥੇ ਬਹਿ ਕੇ ਆਰਾਮ ਨਾਲ, ਹੈ ਨਾ। ਜੇ ਤੁਸੀਂ ਸੋਣਾ ਨਹੀਂ ਚਾਹੁੰਦੇ ਤਾਂ ਬਾਈ ਉਸ ਹਿਸਾਬ ਨਾਲ ਜੇ ਆਪਾਂ ਦੇਖੀਏ, ਬਹੁਤ ਜ਼ਿਆਦਾ ਕੰਫਰਟੇਬਲ ਬੈੱਡ ਹੈ ਯਾਰ। ਮੇਰਾ ਤਾਂ ਹੁਣ ਮਨ ਕਰ ਰਿਹਾ ਕਿ ਮੈਂ ਸੋ ਜਾਵਾਂ, ਪਰ ਆਪਾਂ ਵੀਡੀਓ ਵੀ ਫਿਨਿਸ਼ ਕਰਨੀ ਹੈ, ਇਸ ਕਰਕੇ ਆਪਾਂ ਉੱਠੀਏ। ਅਤੇ ਆਹ ਲੇਆਊਟ ਆ ਜੀ, ਤੁਸੀਂ ਦੇਖ ਸਕਦੇ ਹਾਂ ਬੈੱਡ ਦਾ ਪਿੱਛੋਂ ਦੀ। ਹੁਣ ਬੈੱਡ ਨੂੰ ਜੇ ਤੁਸੀਂ ਪੂਰਾ ਸਿੱਧਾ ਕਰਨਾ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਉਸੇ ਲੀਵਰ ਨੂੰ ਆਪਾਂ ਖਿੱਚਣਾ, ਇਹਨੂੰ ਬੈੱਡ ਨੂੰ ਆਪਾਂ ਥੱਲੇ ਲੈ ਜਾਣਾ। ਅਤੇ ਬਾਈ ਚੈਨਲ ਜੇ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਬਾਈ ਚੈਨਲ ਸਬਸਕ੍ਰਾਈਬ ਕਰ ਲਓ। ਹੁਣ ਬਾਈ ਇਹ ਸੀਗਾ ਬੈਗ ਦਾ ਲੇਆਊਟ, ਅਤੇ ਹੁਣ ਆਪਾਂ ਜੇ ਅੱਗੇ ਵੇਖੀਏ, ਹੁਣ ਆਈਡਲ ਸ਼ਟ ਡਾਊਨ ਆ ਜੀ। ਜੇ ਤੁਸੀਂ ਜ਼ਿਆਦਾ ਦੇਰ ਤੱਕ ਟਰੱਕ ਨੂੰ ਖੜ੍ਹਾ ਰੱਖਦੇ ਹਾਂ, ਟਰੱਕ ਦੇ ਵਿੱਚ ਇਹ ਵੀ ਫੀਚਰ ਹੈਗਾ ਕਿ ਆਟੋਮੈਟਿਕਲੀ ਟਰੱਕ ਨੂੰ ਬੰਦ ਕਰ ਦੂਗਾ ਕੁਛ ਟਾਈਮ ਦੇ ਬਾਅਦ। ਹੁਣ ਇਹ ਜਦੋਂ ਤੁਸੀਂ ਕੰਪਨੀ ਓਪਰੇਟਰ ਹੁੰਦੇ ਆ, ਬਹੁਤ ਜ਼ਿਆਦਾ ਤੁਹਾਡੇ ਪੈਸੇ ਬਚਦੇ ਆ ਫਿਊਲ 'ਤੇ। ਕਿਉਂ? ਕਿਉਂਕਿ ਇਸ ਟਰੱਕ ਦੇ ਵਿੱਚ APU ਸਿਸਟਮ ਲੱਗਾ ਹੋਇਆ ਜੀ, ਰਾਤ ਨੂੰ ਟਰੱਕ ਬੰਦ ਕਰਕੇ ਤੁਸੀਂ ਆਰਾਮ ਨਾਲ ਪਿੱਛੇ ਸੌ ਸਕਦੇ ਆ, ਚਾਹੇ ਤੁਹਾਨੂੰ ਹੀਟ ਦੀ ਲੋੜ ਹੋਵੇ, ਚਾਹੇ ਤੁਹਾਨੂੰ ਲੋੜ ਹੋਵੇ AC ਦੀ, ਦੋਨੇ ਚੀਜ਼ਾਂ ਤੁਹਾਡੀਆਂ ਕਵਰ ਹੁੰਦੀਆਂ। ਇਹ ਤੁਹਾਡਾ APU ਸਿਸਟਮ ਲੱਗਾ ਹੋਇਆ ਜੀ, ਜਿੱਥੇ ਤੁਸੀਂ ਆਰਾਮ ਨਾਲ ਜੇ ਲੰਮੇ ਪਏ ਹੋਏ ਵੀ ਸਾਰੀ ਚੀਜ਼ਾਂ ਨੂੰ ਮੈਨੇਜ ਕਰ ਸਕਦੇ ਆ। ਇੱਥੇ ਵੀ ਤੁਹਾਨੂੰ ਚਾਰਜਿੰਗ ਪੋਰਟਸ ਮਿਲਦੇ ਆ, ਤਾਂ ਕਿ ਰਾਈਟ ਵੇ ਜਦੋਂ ਤੁਸੀਂ ਸੋਣਾ ਆ, ਤੁਸੀਂ ਬਾਈ ਆਪਣਾ ਫੋਨ ਇੰਜੋਏ ਕਰ ਸਕਦੇ ਆ। ਜੇ ਤੁਹਾਡੇ ਕੋਲ ਰਾਤ ਨੂੰ ਫੋਨ ਤੁਸੀਂ ਇੱਧਰ ਨਹੀਂ ਰੱਖਣਾ ਚਾਹੁੰਦੇ ਤਾਂ ਕਿ ਕਿਤੇ ਡਿੱਗ ਡੁੱਗ ਨਾ ਜਾਏ, ਹੈ ਨਾ, ਤੁਸੀਂ ਇੱਥੇ ਫੋਨ ਨੂੰ ਸੇਵ ਕਰਕੇ ਰੱਖ ਸਕਦੇ ਆ, ਆਪਣਾ ਵਾਲਟ ਰੱਖ ਸਕਦੇ ਆ ਇੱਥੇ। ਅਤੇ ਬਾਈ ਜੀ ਆਹ ਸੀਗਾ ਜੀ ਟਰੱਕ ਦਾ ਬੈਕ ਦਾ ਲੇਆਊਟ। ਇੱਧਰ ਤੁਹਾਨੂੰ ਵਿੰਡੋਜ਼ ਮਿਲ ਜਾਂਦੀਆਂ ਜੀ, ਜਿਹੜੀ ਵਿੰਡੋਜ਼ ਤੁਸੀਂ ਸਲਾਈਡੇਬਲ ਆ, ਤੁਸੀਂ ਖੋਲ੍ਹ ਸਕਦੇ ਆ, ਉੱਪਰ ਵੀ ਵਿੰਡੋਜ਼ ਮਿਲਦੀਆਂ ਤੁਹਾਨੂੰ, ਅਤੇ ਟੋਟਲ 4 ਵਿੰਡੋਜ਼ ਤੁਹਾਨੂੰ ਮਿਲਦੀਆਂ। ਅਤੇ ਬਾਈ ਜੀ ਵਿਟਾਮਿਨ ਡੀ ਦੀ ਤੁਹਾਨੂੰ ਬਿਲਕੁਲ ਕਮੀ ਨਹੀਂ ਹੋਣ ਵਾਲੀ ਇਸ ਟਰੱਕ ਦੇ ਵਿੱਚ। ਅਤੇ ਜੇ ਬਾਈ ਜੀ ਹੋਰ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਉਹਦੇ ਲਈ ਬਾਈ ਤੁਹਾਨੂੰ ਸਾਡੇ ਕੈਲਗਰੀ ਦੇ ਪ੍ਰਾਈਡ ਟਰੱਕ ਸੇਲਸ ਦੇ ਆਫਿਸ ਆਉਣਾ ਪੈਣਾ ਆ, ਜਿਹਦੇ ਤੁਹਾਨੂੰ ਸਾਡਾ ਟ੍ਰੇਨਡ ਸਟਾਫ ਮਿਲੂਗਾ ਜੋ ਤੁਹਾਡੀ ਹੈਲਪ ਕਰ ਸਕਦਾ ਜੀ। ਉਦੋਂ ਇਲਾਵਾ ਤੁਸੀਂ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ, ਤੁਸੀਂ ਮੇਰੇ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਕਰ ਸਕਦੇ ਹਾਂ, ਜੋ ਕਿ ਹੈਗਾ ਜੀ JatLifeTV। ਅਦਰ ਦੈਨ ਡੈਟ, ਚਾਹੇ ਵੋਲਵੋ ਹੋਣ, ਚਾਹੇ ਫਰੀਡ ਲਾਈਨਰ ਹੋਣ, ਆ 4 ਟਰੱਕ ਜਾਣੇ ਆ ਜੀ ਅੱਜ, ਅਤੇ ਚਾਹੇ ਸਾਡੀ ਯੂਜ ਟਰੱਕਾਂ ਦੀ ਇਨਵੈਂਟਰੀ ਹੋਵੇ,
ਉਹਦੇ ਲਈ ਤੁਹਾਨੂੰ ਪ੍ਰਾਈਡ ਟਰੱਕ ਸੇਲਸ ਕੈਲਗਰੀ ਆਉਣਾ ਪੈਣਾ ਜੀ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ, ਸੀ ਯਾ।